ਉਵਾੜੇ ਦੀ ਜੜ ਹਪਕਿੰਸਨ ਅੰਗ ਦਾ ਬਾਕੀ ਦਾ ਹਿੱਸਾ ਸੰਭਵ ਹੈ ਕਿ ਪਹਿਲਾਂ ਬੈਲ ਮੈਲਕਮ ਰੀਡ ਨੂੰ ਇਸ ਗੱਲ ਦਾ ਪਤਾ ਨਾ ਲੱਗਾ ਹੋਵੇ ਕਿ ਉਹਦੇ ਦਫਤਰ ਨੂੰ ਇਸ ਕੰਮ ਲਈ ਵਰਤਿਆ ਜਾ ਰਿਹਾ ਹੈ ਹਪਕਿੰਸਨ ਤੇ ਉਹਦੀ ਜੁੰਡਲੀ ਦੀ ਕਰਤੂਤ ਦਾ ਪਾਜ ਤਾਂ ਹਰਨਾਮ ਸਿੰਘ ਦੇ ਕੇਸ 'ਚ ਖੁੱਲਿਆ ਹਰਨਾਮ ਸਿੰਘ ਨੂੰ ਹਪਕਿੰਸਨ ਤੇ ਬੇਲਾ ਸਿੰਘ ਨੇ ਪੈਸੇ ਲੈ ਕੇ ਨਕਲੀ ਪਾਸਪੋਰਟ ਵੇਚਿਆ ਸੀ ਜਦੋਂ ਹਰਨਾਮ ਸਿੰਘ ਕੈਨੇਡਾ ਪਹੁੰਚਿਆ ਤਾਂ ਉਹਦਾ ਪਾਸਪੋਰਟ ਪਰਤਾਲਦੇਆਂ ਇਮੀਗ੍ਰੇਸ਼ਨ ਇਨਸਪੈਕਟਰ ਮੈਲਕਮ ਰੀਡ ਨੂੰ ਸ਼ੱਕ ਪੈ ਗਿਆ। ਉਹਨੇ ਵੇਖਿਆ ਕਿ ਹਰਨਾਮ ਸਿੰਘ ਦੇ ਪਾਸਪੋਰਟ ਦੀ ਤਸਵੀਰ ਤੇ ਉਹਦੇ ਆਪਣੇ ਦਫ਼ਤਰ ਦੀ ਮੋਹਰ ਲੱਗੀ ਹੋਈ ਸੀ ਤੇ ਉਹਦੇ ਝੂਠੇ ਦਸਖਤ ਕੀਤੇ ਹੋਏ ਸਨ। ਹਰਨਾਮ ਸਿੰਘ ਨੇ ਆਪਣੀ ਫੋਟੋ ਹਾਂਗਕਾਂਗ 'ਚ ਖਿੱਚਵਾ ਕੇ ਹੌਪਕਿੰਸਨ ਤੇ ਬਿਲਾ ਸਿੰਘ ਹੋਰਾਂ ਦੇ ਜੁੰਡੀਦਾਰ ਬਾਉ ਸਿੰਘ ਨੂੰ ਪਹੁੰਚਾ ਦਿੱਤੀ ਸੀ। ਹਰਨਾਮ ਸਿੰਘ ਨੇ ਖੁਦ ਇਹ ਮੰਨਿਆ ਕਿ ਉਹਨੇ ਇਹ ਫੋਟੋ ਬਾਉ ਸਿੰਘ ਨੂੰ ਭੇਜੀ ਸੀ ਜਿਸ ਨੇ ਅੱਗੋਂ ਆਪਣੇ ਵਸੀਲੇਆਂ ਰਾਈ ਇਹਨੂੰ ਪਾਸਪੋਰਟ ਤੇ ਲਾ ਕੇ ਪਾਸਪੋਰਟ ਤਸਦੀਕ ਕਰਵਾ ਲਿਆ ਤੇ ਫਿਰ ਉਹਨੂੰ ਦੇ ਦਿੱਤਾ ਸੀ ਸਿੱਧ ਹੋ ਗਿਆ ਕਿ ਹਰਨਾਮ ਸਿੰਘ ਨਕਲੀ ਪਾਸਪੋਰਟ ਤੇ ਹਾਂਗਕਾਂਗ ਤੋਂ ਕੈਨੇਡਾ ਆਉਣ ਵਾਲਾ ਗੈਰਕਾਨੂੰਨੀ ਆਵਾਸੀ ਸੀ ਪਰ ਕਿਸੇ ਨੇ ਵੀ ਹੱਪਕੈਂਸਨ ਦੇ ਖਿਲਾਫ ਕਾਰਵਾਈ ਕਰਨ ਦੀ ਜੁਰਤ ਨਾ ਕੀਤੀ ਕਿਉਂਕਿ ਕੈਨੇਡਾ ਸਰਕਾਰ ਭਾਰਤ ਦੇ ਹਿੰਦੂਆਂ ਬਾਰੇ ਗੁਪਤ ਜਾਣਕਾਰੀ ਲੈਣ ਤੇ ਉਹਨਾਂ ਉੱਤੇ ਇੱਕ ਜਾਂ ਦੂਜੇ ਤਰੀਕੇ ਨਾਲ ਕਾਨੂੰਨੀ ਹੋਵੇ ਜਾਂ ਗੈਰਕਾਨੂੰਨੀ ਕਾਬੂ ਰੱਖਣ ਵਾਲਾ ਇਕਲੌਤਾ ਅਫਸਰ ਸੀ ਕੈਨੇਡਾ ਵਿੱਚ ਦਾਖਲ ਹੋਣ ਉਪਰੰਤ ਹਰਨਮ ਸਿੰਘ ਵੀ ਹਾਪਕੈਂਸਨ ਦਾ ਵਫਾਦਾਰ ਮੁਖਬਰ ਬਣ ਗਿਆ ਸੀ ਉਹ ਹਾਪਕੈਂਸਨ ਦੇ ਵੱਡੇ ਟਾਊਟਾਂ ਵਿੱਚੋਂ ਇੱਕ ਬਾਉ ਸਿੰਘ ਦੇ ਨਾਲ ਇੱਕੋ ਕਾਰਜ ਹੀ ਰੰਦਾ ਸੀ ਕਾਮਾਗਟਾ ਮਾਰੂ ਦੀ ਵਾਪਸੀ ਤੋਂ ਬਾਅਦ ਕਿਟਸ ਸਲੋਨਾ ਵਿੱਚ ਹਰਨਾਮ ਸਿੰਘ ਦੀ লাশ ਮਿਲੀ ਸੀ। ਉਹਦੀ ਮੌਤ ਤੇ ਚੱਲੇ ਕੇਸ ਵਿੱਚ ਬਾਉ ਸਿੰਘ ਨੇ ਗਵਾਹੀ ਦਿੰਦਿਆਂ ਕਿਹਾ ਸੀ ਉਹ ਇਸ ਕਰਕੇ ਕਤਲ ਹੋਇਆ ਕਿਉਂਕਿ ਉਹ ਸਾਡੇ ਵਿੱਚੋਂ ਇੱਕ ਸੀ। ਸਾਡੇ ਵਿੱਚੋਂ ਤੋਂ ਸਾਫ਼ ਸੀ ਕਿ ਉਹ ਸਰਕਾਰੀ ਮੁਖਬਰਾਂ ਦੇ ਟੋਲੇ ਦਾ ਅੰਗ ਸੀ। ਏਸੇ ਸੱਚਾਈ ਦੀ ਪੁਸ਼ਟੀ ਕਰਦੇ ਹੌਪਕਿੰਸਨ ਨੇ ਕਿਹਾ ਸੀ ਮੇਰੇ ਖਿਆਲ 'ਚ ਇੰਨਾ ਕਹਿਣਾ ਹੀ ਕਾਫੀ ਹੋਏਗਾ ਕਿ ਉਹ ਸਾਡੇ ਵਿਭਾਗ ਦੀ ਮਦਦ ਕਰਦਾ ਸੀ। ਇੰਡ ਹੌਪਕੈਂਸਨ ਨੇ ਵੈਨਕੂਵਰ ਚ ਵਸਦੀ ਅੰਗਰੇਜ਼ ਹਕੂਮਤ ਦੇ ਵਫਾਦਾਰ ਭਾਰਤੀਆਂ ਵਿੱਚੋਂ ਕੁਝ ਇੱਕ ਨੂੰ ਉਹਨਾਂ ਦੇ ਸਬੰਧੀਆਂ ਤੇ ਜਾਣਕਾਰਾਂ ਨੂੰ ਕੈਨੇਡਾ ਚ ਉਤਾਰ ਲੈਣ ਕਰਕੇ ਤੇ ਹੋਰ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਨਾਲ ਜੋੜ ਲਿਆ ਹੋਇਆ ਸੀ ਇਹਨਾਂ ਚੋ ਬੇਲਾ ਸਿੰਘ ਜਾਨ ਤੇ ਉਹਦੇ ਕਈ ਸਾਥੀ ਹੌਪਕੈਂਸਨ ਦੇ ਬਹੱਤਪੂਰਨ ਹੱਥ ਠੋਕੇ ਬਣ ਚੁੱਕੇ ਸਨ ਬੇਲਾ ਸਿੰਘ ਜ਼ਿਆਨ ਦੇ ਕਹਿਣ ਤੇ ਉਹਨੇ ਭਾਈ ਭਗਵਾਨ ਸਿੰਘ ਨੂੰ ਉਹਦੇ ਪਹਿਲਾਂ ਹੀ ਕੈਨੇਡਾ ਰਹਿੰਦੇ ਹੋਣ ਦੇ ਝੂਠੇ ਕਾਗਜ਼ ਸੱਚ ਮੰਨ ਕੇ ਕੈਨੇਡਾ ਚ ਉਤਰਨ ਚ ਸਹਾਇਤਾ ਕੀਤੀ ਸੀ। ਉਹਦੇ ਨਾਲ ਬੇਲਾ ਸਿੰਘ ਨੇ ਵਾਅਦਾ ਕੀਤਾ ਸੀ ਕਿ ਭਗਵਾਨ ਸਿੰਘ ਕੈਨੇਡਾ ਪਹੁੰਚ ਕੇ ਉਹਨਾਂ ਦੇ ਖੁਫੀਆ ਸਰਕਾਰੀ ਏਜੰਡੇ ਲਈ ਕੰਮ ਕਰੇਗਾ। ਇਹ ਵੱਖਰੀ ਗੱਲ ਹੈ ਕਿ ਭਾਈ ਭਗਵਾਨ ਸਿੰਘ ਕੈਨੇਡਾ ਪਹੁੰਚ ਕੇ ਉਨਾ ਦਾ ਹੱਥ ਠੋਕਾ ਨਹੀਂ ਸੀ ਬਣਿਆ ਸਗੋਂ ਬੇਖੌਫ ਹੋ ਕੇ ਆਪਣੀਆਂ ਦੇਸ਼ ਭਗਤਕ ਕਾਰਵਾਈਆਂ 'ਚ ਜੁਟ ਗਿਆ ਸੀ ਤੇ ਆਖਰਕਾਰ ਉਹਨੂੰ ਜ਼ਬਰਦਸਤੀ ਕੈਨੇਡਾ ਬਦਲ ਕਰ ਦਿੱਤਾ ਗਿਆ ਸੀ ਬੇਲਾ ਸਿੰਘ ਇੱਕ ਵਾਰ ਭਾਰਤ ਵਾਪਸ ਗਿਆ ਸੀ ਤੇ ਵਾਪਸੀ ਤੇ ਉਹ ਜੂਨ 1913 'ਚ ਭਾਈ ਭਗਵਾਨ ਸਿੰਘ ਨੂੰ ਆਪਣੇ ਨਾਲ ਕੈਨੇਡਾ ਲਿਉਣ 'ਚ ਕਾਮਯਾਬ ਹੋ ਗਿਆ ਸੀ ਭਾਈ ਭਗਵਾਨ ਸਿੰਘ ਨੇ ਪਹਿਲਾਂ ਪినాੰਗ ਦੇ ਗੁਰਦੁਆਰੇ 'ਚ ਕੁਝ ਦੇਰ ਗਰੰਥੀ ਦੀ ਸੇਵਾ ਕੀਤੀ ਪਿੱਛੋਂ ਹਾਂਗਕਾਂਗ ਆ ਗਿਆ ਇੱਥੇ 3 ਸਾਲ ਤੱਕ ਗੁਰਦੁਆਰਾ ਹਾਂਗਕਾਂਗ ਸਿੱਖ ਟੈਂਪਲ 'ਚ ਸੇਵਾ ਕੀਤੀ ਉਹ ਪੜਿਆ ਲਿਖਿਆ ਆਦਮੀ ਸੀ ਬੜਾ ਤੜਲੇਦਾਰ ਬੁਲਾਰਾ ਤੇ ਵਧੀਆ ਸ਼ਾਇਰ ਵੀ ਸੀ ਬੇਲਾ ਸਿੰਘ ਉਹਨੂੰ ਆਪਣੇ ਮਕਸਦ ਲਈ ਵਰਤਣਾ ਚਾਹੁੰਦਾ ਸੀ ਭਾਈ ਭਗਵਾਨ ਸਿੰਘ ਕੁਝ ਸਮਾਂ ਬੇਲਾ ਸਿੰਘ ਦੇ ਨਾਲ ਰਿਹਾ ਹੌਲੀ-ਹੌਲੀ ਉਹਨੇ ਗੁਰਦੁਆਰਾ ਸਿੱਖ ਟੈਂਪਲ ਦੇ ਇਕੱਠਾਂ 'ਚ ਜਾਣਾ ਸ਼ੁਰੂ ਕੀਤਾ ਪਰ ਉਹ ਬੇਲਾ ਸਿੰਘ ਜਾਂ ਹੌਪਕਿੰਸਨ ਨੂੰ ਉੱਥੇ ਹੁੰਦੀਆਂ ਗਤੀਵਿਧੀਆਂ ਦੀ ਰਿਪੋਰਟ ਦੇਣੋਂ ਅਨਕਾਰੀ ਹੋ ਗਿਆ ਉਹਨੂੰ ਜਦੋਂ ਬੇਲਾ ਸਿੰਘ ਦੀ ਨੀਅਤ ਦਾ ਗਿਆਨ ਹੋ ਗਿਆ ਤਾਂ ਉਹਨੇ ਉਹਦਾ ਸਾਥ ਤਿਆਗ ਦਿੱਤਾ ਤੇ ਗੁਰਦੁਆਰੇ ਵਿੱਚ ਦੇਸ਼ ਭਗਤੀ ਨਾਲ ਲਬੋ ਲਬ ਭਰੀਆਂ ਤਕਰੀਰਾਂ ਕਰਨ ਲੱਗਾ ਖਾਲਸਾ ਦਿਵਾਨ ਸੁਸਾਇਟੀ ਨੇ ਉਹਨੂੰ ਗ੍ਰੰਥੀ ਦੀ ਸੇਵਾ ਦੇਣ ਦਾ ਫੈਸਲਾ ਕਰ ਲਿਆ ਇਹ ਵੇਖ ਸੁਣ ਕੇ ਹੌਪਕਿੰਸਨ ਤੇ ਬੇਲਾ ਸਿੰਘ ਦੇ ਸੱਤੀ ਕਪੜੀ ਅੱਗ ਲੱਗ ਗਈ ਉਹਨਾਂ ਨੇ ਨਕਲੀ ਪਾਸਪੋਰਟ ਤੇ ਗਲਤ ਨਾਮ ਤੇ ਕੈਨੇਡਾ ਪਹੁੰਚਣ ਦਾ ਦੋਸ਼ ਲਵਾ ਕੇ ਉਹਨੂੰ ਗ੍ਰਿਫਤਾਰ ਕਰਵਾ ਦਿੱਤਾ। ਖਾਲਸਾ ਦਿਵਾਨ ਸੁਸਾਇਟੀ ਨੇ ਭਾਈ ਜੀ ਨੂੰ ਜ਼ਮਾਨਤ ਤੇ ਰਿਹਾ ਕਰਵਾ ਲਿਆ ਤੇ ਉਹਦੇ ਵਾਸਤੇ ਹੈਬੀਅਸ ਕਾਪਸ ਅਪੀਲ ਪਾ ਦਿੱਤੀ। ਮੈਲਕਮ ਰੀਡ ਤੇ ਹੱਪਕੈਂਸਨ ਭਾਈ ਭਗਵਾਨ ਸਿੰਘ ਦੇ ਕੱਟੜ ਦੁਸ਼ਮਣ ਬਣ ਗਏ ਸਨ। ਉਹ ਕਿਸੇ ਵੀ ਸੂਰਤ ਵਿੱਚ ਉਹਨੂੰ ਕੈਨੇਡਾ ਬਦਲ ਕਰਨ ਲਈ ਤੁਲੇ ਹੋਏ ਸਨ। ਉਹਨਾਂ ਨੂੰ ਡਰ ਸੀ ਕਿ ਹੈਬੀਅਸ ਕਾਪਸੇ ਅਧਾਰ ਤੇ ਉਹਨੂੰ ਕਿਤੇ ਕੈਨੇਡਾ ਚ ਰੁੱਕ ਜਾਣ ਦੀ ਇਜਾਜ਼ਤ ਨਾ ਮਿਲ ਜਾਏ ਹੌਪਕਿੰਸਨ ਤੇ ਬਿਲਾ ਸਿੰਘ ਨੇ ਸਾਜ਼ਿਸ਼ ਰਚੀ ਉਹ ਆਪ ਤਾਂ ਹਨੇਰੇ ਚ ਲੁਕ ਗਏ ਆਪਣੇ ਬੰਦੇ ਭਾਈ ਭਗਵਾਨ ਸਿੰਘ ਕੋਲ ਗੁਰਦੁਆਰੇ ਵਿੱਚ ਇਹ ਆ ਕੇ ਭਜਵਾਏ ਕਿ ਬਾਹਰ ਉਹਦੇ ਕੁਝ ਮਿੱਤਰ ਉਹਨੂੰ ਢੀਕ ਰਹੇ ਹਨ ਭਾਈ ਭਗਵਾਨ ਸਿੰਘ ਧੋਖੇ ਚ ਆ ਗਿਆ ਬਾਹਰ ਆਉਂਦਿਆਂ ਹੀ ਇਮੀਗ੍ਰੇਸ਼ਨ ਵਿਭਾਗ ਦੇ ਬੰਦੇ ਉਹਦੇ ਤੇ ਟੁੱਟ ਕੇ ਪੈ ਗਏ ਤੇ ਅੱਧੀ ਰਾਤ ਨੂੰ ਬੇੜੀ ਚ ਸੁੱਟ ਕੇ ਜਹਾਜ਼ ਦੇ ਕਮਰੇ ਚ ਜਾ ਬੰਦ ਕੀਤਾ ਸੁਪਰੀਮ ਕੋਰਟ ਦੇ ਜੱਜ ਮੌਰਿਸਨ ਨੇ ਹੈਬੀਅਸ ਕੋਰਪਸ ਪਰਵਾਨ ਕਰ ਲਈ ਸੀ ਤੇ ਟੈਲੀਗ੍ਰਾਮ ਰਾਈ ਵਿਭਾਗ ਨੂੰ ਸੂਚਿਤ ਵੀ ਕਰ ਦਿੱਤਾ ਸੀ ਪਰ ਮੈਲਕਮ ਰੀਡ ਨੇ ਇਹਦੀ ਵੀ ਪਰਵਾਹ ਨਾ ਕੀਤੀ ਇੰਜ 19 ਨਵੰਬਰ 1913 ਨੂੰ ਭਾਈ ਭਗਵਾਨ ਸਿੰਘ ਨੂੰ ਜ਼ਬਰੀ ਡਿਪੋਰਟ ਕਰ ਦਿੱਤਾ ਗਿਆ ਤੇ ਜਦੋਂ ਬਾਅਦ ਵਿੱਚ ਮੈਲਕਮ ਰੀਡ ਨੂੰ ਪੁੱਛਿਆ ਗਿਆ ਕਿ ਉਹਨੇ ਹੈਬੀਅਸ ਕੋਰਪਸ ਅਪੀਲ ਦੇ ਫੈਸਲੇ ਦੀ ਪਾਲਣਾ ਕਿਉਂ ਨਹੀਂ ਕੀਤੀ ਤਾਂ ਉਹਦਾ ਜਵਾਬ ਸੀ ਕਿ ਇਮੀਗ੍ਰੇਸ਼ਨ ਵਿਭਾਗ ਨੇ ਅੱਠਵਾਂ ਤੋਂ ਹੁਕਮ ਦਿੱਤੇ ਨੇ ਤੇ ਸੁਪਰੀਮ ਕੋਰਟ ਦੇ ਜੱਜ ਮੌਰੀਸਨ ਦੇ ਹੈਬੀਅਸ ਕਾਰਪਸ ਅਪੀਲ ਦੇ ਤਾਰਾਹੀ ਦਿੱਤੇ ਸੁਨੇਹੇ ਨੂੰ ਮੰਨਣ ਦਾ پابੰਦ ਨਹੀਂ ਇਹ ਸਰਾਸਰ ਕੈਨੇਡੀਅਨ ਕਾਨੂੰਨ ਦੀ ਖਿਲਾਫ ਵਰਜ਼ੀ ਸੀ ਅਜਿਹੀ ਸਥਿਤੀ ਦੇ ਸੰਮੁਖ ਆਖਰਕਾਰ ਕੈਨੇਡਾ ਸਰਕਾਰ ਨੇ ਕੈਨੇਡਾ 'ਚ ਹਿੰਦਿਆਂ ਦੀ ਆਮਦ ਨੂੰ ਬੰਨ ਲਾਉਣ ਦਾ ਤੇ ਪਹਿਲਾਂ ਆਵਸੀ ਹਿੰਦਿਆਂ ਤੋਂ ਛਟਕਾਰਾ ਪਾਉਣ ਦਾ ਦ੍ਰਿੜ ਨਿਸ਼ਚਾ ਕਰਕੇ ਯਤਨ ਆਰੰਭ ਕਰ ਦਿੱਤੇ ਬੱਲਾ ਯਤਨ ਤਾਂ ਹਿੰਦੂਆਂ ਨੂੰ ਨਰਕ ਨਾਲ ਤੁਲਨਾਏ ਜਾਣ ਵਾਲੇ ਦੁਰੇਡੇ ਬ੍ਰਿਟਿਸ਼ ਟਾਪੂ ਹਾਂਡੂਰਸ ਵਿੱਚ ਪ੍ਰਵਾਸ ਕਰ ਜਾਣ ਲਈ ਪ੍ਰੇਰਨ ਦਾ ਕੀਤਾ। ਕੈਨੇਡਾ ਰਹਿੰਦੇ ਹਿੰਦੀ ਸਰਕਾਰ ਦੇ ਗਲ ਦਾ ਕੰਡਾ ਬਣੇ ਹੋਏ ਸਨ। ਸਰਕਾਰ ਦੇ ਕਰੋਗੀ ਮਹਿਕਮੇ ਨੇ ਇੱਕ ਰਿਪੋਰਟ ਤਿਆਰ ਕਰਵਾਈ ਕਿ ਕੈਨੇਡਾ ਰਹਿੰਦੇ ਹਿੰਦਵਾਸੀਆਂ ਨੂੰ ਕੈਨੇਡਾ ਦਾ ਮੌਸਮ ਵਾਰਾ ਨਹੀਂ ਖਾਂਦਾ। ਉਹ ਪਾਲੇ ਨਾਲ ਠਰੂੰ ਠਰੂੰ ਕਰਦੇ ਹਨ। ਉਹਨਾਂ 'ਚੋਂ 1500 ਦੇ ਕਰੀਬ ਤਾਂ ਬੇਕਾਰ ਭੁੱਖੇ ਮਰਦੇ ਨੰਗੇ ਹਨ। ਸਾਨੂੰ ਉਹਨਾਂ ਦੀ ਹਾਲਤ ਤੇ ਤਰਸ ਆਉਂਦਾ ਹੈ ਇਸ ਲਈ ਉਹਨਾਂ ਨੂੰ ਕੈਨੇਡਾ ਚੋਂ ਕੱਢ ਕੇ ਕਿਸੇ ਗੁਲਾਮ ਮਜ਼ਦੂਰੀ ਵਾਲੇ ਟਾਪੂ ਤੇ ਭੇਜ ਦਿੱਤਾ ਜਾਏ ਉਹਨਾਂ ਨੇ ਇਸ ਮਕਸਦ ਲਈ ਜਹਾਜ਼ ਵੀ ਮੰਗਵਾ ਲਿਆ ਤੇ ਜਦੋਂ ਹਿੰਦੂਆਂ ਹਿੰਦਿਆ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹਨਾਂ ਨੂੰ ਕੈਨੇਡਾ ਚੋਂ ਹਾਂਡੂਰਸ ਚ ਧੱਕੇ ਜਾਣ ਦੀ ਸਕੀਮ ਬਣ ਗਈ ਹੈ ਤਾਂ ਉਹਨਾਂ ਨੇ ਇਕੱਠੇ ਹੋ ਕੇ 20 ਅਕਤੂਬਰ 1908 ਨੂੰ ਹਿੰਦ ਵਿੱਚ ਅੰਗਰੇਜ਼ੀ ਸਰਕਾਰ ਨੂੰ ਤਾਰ ਦੇ ਕੇ ਆਪਣਾ ਸਖਤ ਰੋਸ ਪ੍ਰਗਟ ਕੀਤਾ ਹਿੰਦ ਸਰਕਾਰ ਨੇ ਤਾਰ ਦੇ ਕੇ ਕੈਨੇਡਾ ਸਰਕਾਰ ਨੂੰ ਕਿਹਾ ਕਿ ਉਹਦੀ ਮਨਜ਼ੂਰੀ ਤੋਂ ਬਿਨਾ ਇਹ ਕਾਰਵਾਈ ਨਾ ਕੀਤੀ ਜਾਏ ਤੇ ਹਿੰਦਿਆਨੂੰ ਵੀ ਸੂਚਿਤ ਕਰ ਦਿੱਤਾ ਕਿ ਉਹਨਾਂ ਨੂੰ ਜ਼ਬਰਦਸਤੀ ਹਾਂਡੂਰਸ ਨਹੀਂ ਭੇਜਿਆ ਜਾਏਗਾ। ਕੈਨੇਡਾ ਸਰਕਾਰ ਦੇ ਪ੍ਰਤੀਨਿਧ ਹਾਰਕਿਨ ਨੇ ਹੁਣ ਚਾਲ ਚੱਲੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਰਮਾ ਮਨਾ ਕੇ ਹਿੰਦਿਆਨੂੰ ਹਾਂਡੂਰਸ ਜਾਣ ਲਈ ਤਿਆਰ ਕਰ ਲਿਆ ਜਾਏ। ਉਹ ਪੁਲਿਸ ਇਨਸਪੈਕਟਰ ਹੱਪਕੈਂਸਨ ਨੂੰ ਦੋ ਪਾਸ਼ੀਏ ਦੇ ਤੌਰ ਤੇ ਨਾਲ ਲੈ ਕੇ ਗਿਆ। ਜਿੱਥੇ ਇੱਕ ਗਿਰਜੇ 'ਚ ਭਾਰਤੀ ਇਕੱਠੇ ਹੋਏ ਸਨ ਉਹਨੇ ਬੜੀ ਲੋਲੋਪੋਪੋ ਕਰਕੇ ਦੱਸਿਆ ਕਿ ਹਾਂਡੂਰਸ ਜਾਣਾ ਤਾਂ ਉਹਨਾਂ ਦੇ ਆਪਣੇ ਹਿੱਤ ਵਿੱਚ ਹੈ ਤੇ ਹਾਂਡੂਰਸ ਤਾਂ ਸਵਰਗ ਦੀ ਨਹੀਂ ਹੈ ਅਗਲੀ ਮੀਟਿੰਗ ਗੁਰਦੁਆਰੇ 'ਚ ਹੋਈ ਤੇ ਫੈਸਲਾ ਕੀਤਾ ਗਿਆ ਕਿ ਪਹਿਲਾਂ ਹਿੰਦਿਆ ਵੱਲੋਂ ਇੱਕ ਡੈਲੀਗੇਸ਼ਨ ਹਾਂਡੂਰਸ ਦੇ ਹਾਲਾਤ ਤੇ ਮੌਸਮ ਦਾ ਜਾਇਜ਼ਾ ਲੈਣ ਜਾਏਗਾ ਉੱਥੋਂ ਵਾਪਸ ਆ ਕੇ ਹੀ ਉੱਥੇ ਜਾਣ ਜਾਂ ਨਾ ਜਾਣ ਦਾ ਅੰਤਿਮ ਫੈਸਲਾ ਕਰ ਲਿਆ ਜਾਏਗਾ ਨਾਗਰ ਸਿੰਘ ਤੇ ਸ਼ਾਮ ਸਿੰਘ ਤੇ ਆਧਾਰਿਤ ਡੈਲੀਗੇਸ਼ਨ ਜਦੋਂ ਹਾਂਡੂਰਸ ਤੋਂ ਵਾਪਸ ਆਇਆ ਉਹਨੇ ਗੁਰਦੁਆਰੇ ਚ ਹੋਏ ਇਕੱਠ ਚ ਸਭ ਨੂੰ ਦੱਸਿਆ ਹਾਂਡੂਰਸ ਹਿੰਦਿਆਵਾਂ ਵਾਸਤੇ ਚੰਗਾ ਨਹੀਂ ਉੱਥੇ ਮੱਛਰ ਮਲੇਰੀਏ ਤੇ ਬੁਖਾਰ ਦਾ ਬੜਾ ਜ਼ੋਰ ਹੈ ਪਹਿਲਾਂ ਤੋਂ ਗੁਲਾਮ ਮਜ਼ਦੂਰੀ ਕਰ ਰਹੇ ਹਿੰਦਿਆਾਂ ਦੀ ਉੱਥੇ ਬਹੁਤੀ ਤਰਸਯੋਗ ਹਾਲਤ ਹੈ ਹਾਰਕਨ ਤੇ ਹਪਕੈਂਸਨ ਨੇ ਡੈਲੀਗੇਸ਼ਨ ਕੋਲੋਂ ਉਸ ਅਰਜੀ ਤੇ ਦਸਖਤ ਕਰਾਉਣ ਦੇ ਬੜੇ ਯਤਨ ਕੀਤੇ ਜਿਸ ਚ ਲਿਖਿਆ ਗਿਆ ਸੀ ਕਿ ਹਿੰਦੀ ਆਪਣੀ ਮਰਜ਼ੀ ਨਾਲ ਹਾਂਡੂਰਸ ਜਾਣਾ ਮੰਨ ਗਏ ਹਨ ਹਾਰਕੰਤ ਦੇ ਕਹਿੰਦੇ ਹਾਪਕਿੰਸਨ ਨੇ ਵਫਾਦ ਦੇ ਮੈਂਬਰਾਂ ਨੂੰ 3000 ਡਾਲਰ ਰਿਸ਼ਵਤ ਦੇਣ ਦੀ ਪੇਸ਼ਕਸ਼ ਵੀ ਕੀਤੀ ਪਰ ਵਫਾਦ ਦੇ ਮੈਂਬਰਾਂ ਨੇ ਅਜਿਹਾ ਕਰਨੋਂ ਇਨਕਾਰ ਕਰ ਦਿੱਤਾ ਹਾਰਕੰਤ ਤੇ ਹਾਪਕਿੰਸਨ ਨੇ ਉਸੇ ਵੇਲੇ ਦੇ ਪ੍ਰਭਾਵਸ਼ਾਲੀ ਆਗੂ ਪ੍ਰੋਫੈਸਰ ਤੇਜਾ ਸਿੰਘ ਨੂੰ ਇਹ ਵੀ ਕਿਹਾ ਕਿ ਜੇ ਸਿੱਖ ਖੰਡੂ ਰਸ ਨਹੀਂ ਜਾਣਾ ਚਾਹੁੰਦੇ ਨਾ ਜਾਣ ਪਰ ਇਹ ਕਹਿ ਦੇਣ ਕਿ Hindu ਤੇ Musalmanਾਂ ਲਈ ਉੱਥੋਂ ਦਾ ਮੌਸਮ ਅਨੁਕੂਲ ਹੈ ਤੇਜਾ ਸਿੰਘ ਨੇ ਬੜੀ ਕਰੜਾਈ ਨਾਲ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਭਾਰਤ ਵਾਸੀ ਸਾਰੇ ਭਰਾ ਹਾਂ ਇੱਕ ਜਾਨ ਹਾਂ ਅਸੀਂ ਤੁਹਾਡੇ ਤੇ ਆਪਣੇ ਭਾਈਚਾਰੇ ਨੂੰ 파ੜਨ ਦੀ ਕੋਸ਼ਿਸ਼ ਕਦੀ ਵੀ ਸਫਲ ਨਹੀਂ ਹੋਣ ਦੇਵਾਂਗੇ ਇਹ ਵੀ ਹੱਬ ਕਨਸਨ ਹੀ ਸੀ ਜਿਨੇ ਤਾਰਕਨਾਥ ਦਾਸ ਦੀਆਂ ਗਤੀਵਿਧੀਆਂ ਬਾਰੇ ਲੇਖ ਲਿਖ ਕੇ ਉਹਨੂੰ ਸਰਕਾਰੀ ਨਜ਼ਰਾਂ ਚ ਦੋਸ਼ੀ ਬਣਾਤਾ ਰਿਹਾ ਸੀ ਤਾਰਕਨਾਥ ਦਾਸ ਨੂੰ ਵੈਨਕੂਵਰ ਛੱਡ ਕੇ ਅਮਰੀਕਾ ਚ ਜਾਣ ਲਈ ਮਜਬੂਰ ਹੋਣਾ ਪਿਆ ਸੀ 1908 ਵਿੱਚ ਹਿੰਦਿਆ ਨੂੰ ਤੱਕ ਕੇ ਹਾਂਡੂਰਸ ਟੱਪੂ ਚ ਸੁੱਟ ਦੇਣ ਦੀ ਸਾਜ਼ਿਸ਼ ਵਿੱਚ ਵੀ ਉਹ ਪੇਸ਼ ਪੇਸ਼ ਸੀ ਨਵੰਬਰ 1913 ਵਿੱਚ ਭਾਈ ਭਗਵਾਨ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਚ ਵੀ ਉਹਦਾ ਹੱਥ ਸੀ ਕਿਉਂਕਿ ਭਾਈ ਭਗਵਾਨ ਸਿੰਘ ਨੇ ਉਹਦਾ ਹੱਥ ਠੋਕਾ ਬੜਨ ਤੋਂ ਇਨਕਾਰ ਹੀ ਨਹੀਂ ਕੀਤਾ ਸਗੋਂ ਉਹਨੇ ਆਪਣੀਆਂ ਤਕਰੀਰਾਂ ਨਾਲ ਭਾਰਤੀ ਭਾਈਚਾਰੇ ਦੇ ਮਨਾਂ ਚ ਦੇਸ਼ ਭਗਤੀ ਦੀ ਜਵਾਲਾ ਬੜਨ ਲਾ ਦਿੱਤੀ ਸੀ ਹੌਪਕਿੰਸਨ ਨੇ हसन ਰਹੀਮ ਨੂੰ ਵੀ ਦੇਸ਼ ਨਿਕਾਲਾ ਦਿਵਾਉਣ ਲਈ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਸਨ ਕਾਮਾਗਟਾ ਮਾਰੂ ਜਹਾਜ਼ ਨੂੰ ਵਾਪਸ ਪਰਤਾਉਣ ਵਾਲੇ ਦੁਖਾਂਤ ਵਿੱਚ ਵੀ ਉਹਦਾ ਨਿੰਦਣ ਯੋਗ ਰੋਲ ਸਭ ਦੇ ਸਾਹਮਣੇ ਸੀ ਉਹ ਵੈਨਕੂਵਰ ਹੀ ਨਹੀਂ ਅਮਰੀਕਾ 'ਚ ਕੰਮ ਕਰਦੇ ਗਦਰੀਆਂ ਲਈ ਬੜਾ ਵੱਡਾ ਖਤਰਾ ਸੀ ਤੇ ਉਹਨਾਂ ਦੀ ਅੰਗਤੀ ਵਿਧੀਆਂ ਦੀ ਟੋਵੀ ਰੱਖਦਾ ਸੀ ਲਾਲਾ ਹਰਦਿਆਲ ਨੂੰ ਅਮਰੀਕਾ ਤੋਂ ਬੇਦਖਲ ਕਰਵਾਉਣ ਵਿੱਚ ਵੀ ਉਹਦੀਆਂ ਰਿਪੋਰਟਾਂ ਦਾ ਹੱਥ ਸੀ ਕਾਮਾਗਾਟਾ ਮਾਰੂ ਜਹਾਜ਼ ਦੀ ਆਮਦ ਤੇ ਜਿਹਦਾ ਜ਼ਿਕਰ ਅੱਗੇ ਚੱਲ ਕੇ ਕੀਤਾ ਜਾਏਗਾ ਉਹਦਾ ਰੋਲ ਇੰਨਾ ਭੈੜਾ ਸੀ ਕਿ ਉਹਦੀਆਂ ਕਰਤੂਤਾਂ ਤੋਂ ਸਤਾਈ ਹੋਈ ਹਿੰਦਿਆ ਦੇ ਮਨਾਂ ਵਿੱਚ ਨਫ਼ਰਤ ਦਾ ਬੜਾ ਡੂੰਘਾ ਜਜ਼ਬਾ ਪਰ ਗਿਆ ਸੀ ਭਾਰਤੀ ਪਾਈਚਾਰੇ ਦੇ ਲੋਕ ਉਹਦਾ ਜ਼ਿਕਰ ਨਫ਼ਰਤ ਨਾਲ ਦਮੂਹੀ ਕਹਿ ਕੇ ਕਰਦੇ ਸਨ ਐਵੇਂ ਜਾਣ ਜਿਵੇਂ ਜਾਣਦੇ ਹੀ ਹਾਂ ਕਿ ਦਮੂਹੀ ਦੋ ਮੂੰਹਾਂ ਵਾਲੀ ਸੱਪਣੀ ਨੂੰ ਆਖਦੇ ਹਨ ਹਬਕਿੰਸਨ ਦਾ ਵਿਹਾਰ ਵੀ ਦੋਗਲਾ ਸੀ ਉਤਉ ਤਉ ਤਉ ਆਪਣੇ ਆਪ ਨੂੰ ਭਾਰਤੀ ਭਾਈਚਾਰੇ ਦਾ ਹੌਂ ਦਰਦ ਦੱਸਦਾ ਸੀ ਉਹਨਾਂ ਤੇ ਸਰਕਾਰ ਚ ਪੈਦਾ ਹੋਏ ਝਗੜਿਆਂ ਤੇ ਤਣਾਵਾਂ ਦਾ ਹੱਲ ਕਰਨ ਜਾਂ ਕਰਵਾਉਣ ਲਈ ਵਿਚੋਲਾ ਬਣ ਕੇ ਅਜੀਆਂ ਕਮਿਨੀਆਂ ਚਾਲਾਂ ਚੱਲਦਾ ਸੀ ਕਿ ਨੁਕਸਾਨ ਭਾਰਤੀ ਭਾਈਚਾਰੇ ਦਾ ਹੀ ਹੁੰਦਾ ਸੀ ਹੋ ਸਕਦਾ ਹੈ ਕਿ ਪਹਿਲਾਂ ਪਹਿਲਾਂ ਵੈਨਕੂਵਰ ਦੇ ਕੁਝ ਹਿੰਦਿਆ ਨੂੰ ਉਹਦੇ ਬਾਰੇ ਮਾੜਾ ਮੋਟਾ ਵਿਸ਼ਵਾਸ ਵੀ ਹੋਵੇ ਪਰ ਜਿਵੇਂ ਜਿਵੇਂ ਉਹਨੇ ਕੁਝ ਹਿੰਦਿਆ ਨੂੰ ਖਰੀਦ ਕੇ ਮੁੱਖਪੁਰਾਂ ਦਾ ਟੋਲਾ ਸਥਾਪਿਤ ਕਰਕੇ ਭਾਰਤੀ ਭਾਈਚਾਰੇ 'ਚ ਫੁੱਟ ਦਾ ਬੀਜ ਬੀਜਿਆ ਸੀ ਜਿਵੇਂ ਉਹ ਦੇਸ਼ ਭਗਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਮਾਰੂਮਾਰ ਕਰ ਰਿਹਾ ਸੀ ਉਹਦਾ ਦੋਗਲਾ ਕਿਰਦਾਰ ਜੱਗ ਜ਼ਾਹਰ ਹੋ ਗਿਆ ਸੀ ਇਸ ਦਮੂਹੀ ਦੇ ਖਿਲਾਫ ਦੇਸ਼ ਭਗਤਾਂ ਤੇ ਆਮ ਹਿੰਦਿਆ ਦੇ ਮਨਾਂ 'ਚ ਨਫ਼ਰਤ ਦਾ ਗੂੜਾ ਹੋਣਾ ਕੁਦਰਤੀ ਹੀ ਸੀ ਧੰਨਵਾਦ